ਡਾਕਟਰ ਫਕੀਰ ਸਾਹਿਬ ਪੰਜਾਬੀ ਜ਼ਬਾਨ ਦੇ ਸੱਚੇ ਸੁੱਚੇ ਸੇਵਕ ਯਾਨੀ ਖਿਦਮਤਗਾਰ ਸੀ। ਉਹਨਾਂ 60 ਸਾਲ ਤੱਕ ਪੰਜਾਬੀ ਜ਼ਬਾਨ ਨੂੰ ਅਦਬ ਦੀ ਖਿਦਮਤ ਕੀਤੀ, ਯਾਨੀ ਤਕਰੀਬਨ ਸਾਰੀ ਜ਼ਿੰਦਗੀ ਉਹ ਪੰਜਾਬੀ ਜ਼ਬਾਨ ਨਾਲ ਵਾਬਸਤਾ ਰਹੇ। ਆਪ ਇੱਕੋ ਵੇਲੇ ਮੁਹੱਕਿਕ ਯਾਨੀ ਉਹਨਾਂ ਦੀ ਸ਼ਖਸੀਅਤ ਦੀਆਂ ਮੁਖਤਲਿਫ ਜਹਿਤਾਂ ਨੇ, ਉਹ ਸੇਮ ਟਾਈਮ ਮੁਹੱਕਿਕ ਵੀ ਸੀ, ਰਿਸਰਚਰ ਨੂੰ ਕਹਿੰਦੇ ਨੇ, ਮੁਦੱਵਨ ਤਦਵੀਨਕਾਰ ਨੂੰ ਕਹਿੰਦੇ ਨੇ, ਐਡਿਟ ਕਰਨ ਵਾਲੇ ਨੂੰ ਕਹਿੰਦੇ ਨੇ, ਇਹਨਾਂ ਸੂਫੀਆ ਇਕਰਾਮ ਦਾ ਕਲਾਮ ਐਡਿਟ ਕਰਕੇ ਸ਼ਾਇਆ ਕਰਵਾਇਆ। ਐਡੀਟਰ ਨੇ ਰਿਸਾਲਾ ਕੱਢਦੇ ਰਹੇ, ਸ਼ਾਇਰ ਨੇ, ਸਹਾਫ਼ੀ ਨੇ, ਨੱਕਾਦ ਯਾਨੀ ਕ੍ਰਿਟਿਕ ਨੇ, ਮੁਅਰਖ ਨੇ ਔਰ ਅਦੀਬ ਨੇ। ਜੰਮਣ ਤੋਂ ਲੈ ਕੇ ਮਰਨ ਤੱਕ ਸਾਰੀ ਜ਼ਿੰਦਗੀ ਪੰਜਾਬੀ ਜ਼ਬਾਨੋ ਅਦਬ ਨਾਲ ਵਾਬਸਤਾ ਰਹੇ। ਇਹਨਾਂ ਦੀ ਜਿਹੜੀ ਖਾਸ ਗੱਲ, ਉੱਤੇ ਲਿਖਦੇ ਰਹੇ ਨੇ ਲੇਕਿਨ ਨਾਲ ਮੁਆਸਰੀਨ ਜਿਹੜੇ ਆਪਣੇ ਹਮਅਸਰ ਲੋਕ ਸੀ, ਜਿਹੜੇ ਨਾਮਵਰ ਅਦੀਬ ਸੀ, ਜਿਹੜੇ ਉਰਦੂ ਵਿੱਚ ਲਿਖ ਰਹੇ ਸੀ, ਉਹਨਾਂ ਨੂੰ ਵੀ ਪੰਜਾਬੀ ਵੱਲ ਮੋੜਿਆ। ਪੰਜਾਬੀ ਜ਼ਬਾਨ ਦੀਆਂ ਖਿਦਮਾਤ ਦੀ ਵਜ੍ਹਾ ਤੋਂ ਇਹਨਾਂ ਨੂੰ ਬਾਬਾ ਏ ਪੰਜਾਬੀ ਜਾਂ ਸ਼ਾਇਰੇ ਪੰਜਾਬ ਜਾਂ ਖਿਆਮੇ ਪੰਜਾਬ ਜੈਸੇ ਅਲਕਾਬਾਤ ਨਾਲ ਨਵਾਜ਼ਿਆ ਗਿਆ। ਡਾਕਟਰ ਫਕੀਰ ਸਾਹਿਬ 5 ਜੂਨ 1900 ਨੂੰ ਪੈਦਾ ਹੋਏ। ਵਾਲਦ ਦਾ ਨਾਂ ਹਕੀਮ ਮੀਆਂ ਲਾਲਦੀਨ, ਅਸਲ ਨਾਂ ਫਕੀਰ ਮੁਹੰਮਦ ਖਲਸ ਫਕੀਰ ਸੀ। 1915 ਨੂੰ ਇਸਲਾਮੀਆ ਹਾਈ ਸਕੂਲ ਗੁਜਰਾਂਵਾਲਾ ਤੋਂ ਮੈਟ੍ਰਿਕ ਕੀਤਾ। ਮੈਟ੍ਰਿਕ ਵਿੱਚ ਹੀ 15 ਸਾਲ ਦੀ ਉਮਰ ਸੀ, ਵਾਲਦ ਸਾਹਿਬ ਫੌਤ ਹੋ ਗਏ। ਵਾਲਦ ਦੀ ਵਫਾਤ ਤੇ ਇੱਕ ਫਿਲਬਦੀ ਨਜ਼ਮ ਕਈ ਜਿਹੜੀ ਮਰਸੀਏ ਦੀ ਸ਼ਕਲ ਵਿੱਚ ਸੀ, ਉਹਦਾ ਇੱਕ ਸ਼ੇਰ ਇਸ ਤਰ੍ਹਾਂ ਹੈ, ਯਾਨੀ ਇਹਦੇ ਤੋਂ ਪਤਾ ਲੱਗਦਾ ਹੈ ਕਿ ਆਪ ਸ਼ਾਇਦ ਪੈਦਾਇਸ਼ੀ ਤੌਰ ਤੇ ਸ਼ਾਇਰ ਸੀ, ਕਿਉਂਕਿ ਇਹ ਸ਼ੇਰ ਜਾਂ ਇਹ ਮਰਸੀਆ ਜਿਹੜਾ ਵਾਲਦ ਸਾਹਿਬ ਦੀ ਵਫਾਤ ਤੇ ਲਿਖਿਆ ਸੀ, ਫਿਕਰੋ ਫਨ ਦੇ ਇਤਬਾਰ ਨਾਲ ਆਲਾ ਪਾਇਦਾ। ਦਿਲ ਦੀ ਵਸਦੀ ਵਸਤੀ ਉਜਾੜ ਮੇਰੀ, ਵਾਸੀ ਆਪ ਨੇ ਕਿਤੇ ਸੁਧਾਰ ਚੱਲੇ, ਰੋਣਾ ਦੇ ਕੇ ਮੇਰੀਆਂ ਅੱਖੀਆਂ ਨੂੰ ਲੈ ਕੇ ਦਿਲ ਦਾ ਸਬਰ ਕਰਾਰ ਚੱਲੇ।